ਪਿਛਲੇ ਕਈ ਦਿਨਾਂ ਤੋਂ ਬਾਦਲ ਪਰਿਵਾਰ ਇੱਕੋ ਹੀ ਗੱਲ ਕਰ ਰਿਹਾ, ਪੰਜਾਬ ਮੰਗਦਾ ਜਵਾਬ, ਪੰਜਾਬ ਮੰਗਦਾ ਜਵਾਬ। ਕੱਲ੍ਹ ਇੱਕ ਸਿਆਸੀ ਰਾਜਨੀਤਿਕ ਡਰਾਮੇਬਾਜ਼ੀ ਕਰਦੇ ਹੋਏ ਕੱਲ੍ਹ ਇਹਨਾਂ ਨੇ 8 ਤਰੀਕ ਨੂੰ ਰੋਜ਼ ਧਰਨੇ ਵੀ ਰੱਖੇ ਆ, ਜਿਹੜੇ ਕਿ ਇੱਕ ਮਹਿਜ ਡਰਾਮਾ ਹੈ। ਪੰਜਾਬ ਮੰਗਦਾ ਜਵਾਬ ਵੀ ਜਿਹੜਾ ਸਿੰਘ ਸਾਹਿਬਾਨਾਂ ਨੂੰ ਆਪਣੇ ਘਰੇ ਬੁਲਾ ਕੇ ਮਾਫ਼ੀ ਦਿੱਤੀ, ਉਹ ਕਿਹਦੇ ਕਹਿਣ 'ਤੇ ਦਿੱਤੀ? ਉਹਨੂੰ ਸਾਧ ਨੂੰ ਮਾਫ਼ੀ ਦਿੱਤੀ ਸਿੰਘ ਸਾਹਿਬਾਂ ਨੂੰ ਘਰੇ ਬੁਲਾ ਕੇ, ਉਹ ਕਿਹਦੇ ਕਹਿਣ 'ਤੇ ਦਿੱਤੀ? ਪੰਜਾਬ ਮੰਗਦਾ ਜਵਾਬ। ਪਿਛਲੇ ਕਈ ਦਿਨਾਂ ਤੋਂ ਬਾਦਲ ਪਰਿਵਾਰ ਇੱਕੋ ਹੀ ਗੱਲ ਕਰ ਰਿਹਾ, ਪੰਜਾਬ ਮੰਗਦਾ ਜਵਾਬ, ਪੰਜਾਬ ਮੰਗਦਾ ਜਵਾਬ। ਬਿਲਕੁਲ ਸਹੀ ਗੱਲ ਹੈ, ਪੰਜਾਬ ਬਿਲਕੁਲ ਜਵਾਬ ਮੰਗਦਾ ਹੈ। ਕੱਲ੍ਹ ਇੱਕ ਸਿਆਸੀ ਰਾਜਨੀਤਿਕ ਡਰਾਮੇਬਾਜ਼ੀ ਕਰਦੇ ਹੋਏ ਕੱਲ੍ਹ ਇਹਨਾਂ ਨੇ 8 ਤਰੀਕ ਨੂੰ ਰੋਜ਼ ਧਰਨੇ ਵੀ ਰੱਖੇ ਆ, ਜਿਹੜੇ ਕਿ ਇੱਕ ਮਹਿਜ ਡਰਾਮਾ ਹੈ, ਅਤੇ ਉਹਦੇ ਵਿੱਚ ਵੀ ਇਹੀ ਗੱਲ ਕਰ ਰਹੇ ਆ ਜੋ ਕੰਪੇਨ ਮੈਂ ਤੁਹਾਨੂੰ ਦੱਸਿਆ, ਪੰਜਾਬ ਮੰਗਦਾ ਜਵਾਬ, ਪੰਜਾਬ ਮੰਗਦਾ ਜਵਾਬ। ਕੋਈ ਮਾੜੀ ਗੱਲ ਨਹੀਂ, ਬਿਲਕੁਲ ਸਹੀ ਗੱਲ ਹੈ, ਪੰਜਾਬ ਮੰਗਦਾ ਜਵਾਬ। ਪਰ ਕਾਹਦਾ ਮੰਗਦਾ ਜਵਾਬ? ਪੰਜਾਬ ਜਵਾਬ ਮੰਗਦਾ ਵੀ ਜੋ ਬੇਅਦ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਬਾਦਲ ਸਰਕਾਰ ਦੇ ਵੇਲੇ ਹੋਈ, ਇਹਦਾ ਜਵਾਬ ਮੰਗਦਾ। ਪੰਜਾਬ ਮੰਗਦਾ ਜਵਾਬ ਵੀ ਜਿਹੜਾ ਸਿੰਘ ਸਾਹਿਬਾਨਾਂ ਨੂੰ ਆਪਣੇ ਘਰੇ ਬੁਲਾ ਕੇ ਮਾਫ਼ੀ ਦਿੱਤੀ, ਉਹ ਕਿਹਦੇ ਕਹਿਣ 'ਤੇ ਦਿੱਤੀ? ਉਹਨੂੰ ਸਾਧ ਨੂੰ ਮਾਫ਼ੀ ਦਿੱਤੀ ਸਿੰਘ ਸਾਹਿਬਾਂ ਨੂੰ ਘਰੇ ਬੁਲਾ ਕੇ, ਉਹ ਕਿਹਦੇ ਕਹਿਣ 'ਤੇ ਦਿੱਤੀ? ਪੰਜਾਬ ਮੰਗਦਾ ਜਵਾਬ। ਕਿਹਦੇ ਕਹਿਣ 'ਤੇ ਗੋਲੀ ਕਾਂਡ ਹੋਇਆ? ਪੰਜਾਬ ਮੰਗਦਾ ਜਵਾਬ। ਰੋਜ਼ਗਾਰ ਦੀ ਗੱਲ ਕਰਦੀ ਹੈ ਕਿ ਪੰਜਾਬ ਮੰਗਦਾ ਜਵਾਬ? ਬਿਲਕੁਲ ਮੰਗਦਾ ਜਵਾਬ। ਜਦੋਂ ਤੁਸੀਂ ਮਹਿਕਮੇ ਖਤਮ ਕਰ ਦਿੱਤੇ, ਆਪਣੀਆਂ ਹਜ਼ਾਰਾਂ ਬੱਸਾਂ ਬਣਾ ਲਈਆਂ, ਪੰਜਾਬ ਰੋਡਵੇਜ਼ ਦੀ ਜਿਹੜੀ ਆ ਤਹਿਸ ਨਹਿਸ ਕਰ ਦਿੱਤਾ ਪੂਰੇ ਮਹਿਕਮੇ ਨੂੰ, ਬੱਸਾਂ ਉਹਨਾਂ ਦੀਆਂ ਬੱਸਾਂ ਅੱਡਿਆਂ ਦੇ ਵਿੱਚ ਖੜੀਆਂ ਜਿਹੜੀਆਂ ਆ ਉਹ ਗਲ ਗਈਆਂ, ਅਤੇ ਰੋਜ਼ਗਾਰ ਕਿੱਥੋਂ ਮਿਲਣਾ ਸੀ? ਬਿਲਕੁਲ ਸਹੀ ਗੱਲ ਹੈ, ਪੰਜਾਬ ਮੰਗਦਾ ਜਵਾਬ। ਆਪਣੀਆਂ ਬੱਸਾਂ 2 ਕਰੋੜ ਰੁਪਏ ਵਾਲੀ ਇੰਨੀਆਂ ਵੱਡੀਆਂ ਕਰ ਲਈਆਂ, 1000 ਦੇ ਕਰੀਬ ਬੱਸ ਕਰ ਲਈ, ਅਤੇ ਪੰਜਾਬ ਸਰਕਾਰ ਦੀਆਂ ਬੱਸਾਂ ਦਾ ਜਿਹੜਾ ਵਿਹੜਾ ਬਹਿ ਗਿਆ, ਪੰਜਾਬ ਮੰਗਦਾ ਜਵਾਬ। ਸ਼ਰਮ ਸਕੀਮਾਂ ਦੀ ਗੱਲ ਕਰਦੇ ਹਾਂ, ਜਦੋਂ ਪੈਸਾ ਹੀ ਤੁਸੀਂ ਸਾਰਾ ਸਕਵੀਜ਼ ਕਰ ਲਿਆ, ਪੰਜਾਬ ਸਰਕਾਰ ਦੇ ਖਾਤਿਆਂ ਦੇ ਵਿੱਚੋਂ ਪੈਸਾ ਹੀ ਕੱਢ ਲਿਆ, ਅਤੇ ਪੰਜਾਬ ਮੰਗਦਾ ਜਵਾਬ। ਬਿਲਕੁਲ ਸਹੀ ਗੱਲ ਹੈ, ਇਹ ਪੈਸਾ ਜਿਹੜਾ ਸੀ ਗਰੀਬਾਂ ਦੀ ਭਲਾਈ ਲਈ ਵਰਤਣਾ ਸੀ, 10 ਸਾਲ ਤੁਸੀਂ ਇਹ ਪੈਸਾ ਡਾਇਵਰਟ ਕਰਕੇ ਆਪਣੀਆਂ ਜੇਬਾਂ ਵਿੱਚ ਭਰ ਲਿਆ, ਬੜੇ ਵੱਡੇ ਹੋਟਲ ਬਣਾ ਲਏ, ਰੇਤੇ ਦਾ ਕੰਮ, ਰੇਤੇ ਦਾ ਪੈਸਾ ਜਿਹੜਾ ਸਰਕਾਰ ਦੇ ਖਾਤੇ 'ਚ ਆਉਣਾ ਚਾਹੀਦਾ ਸੀ ਉਹ ਤੁਸੀਂ ਆਪਣੇ ਮਹਿਲ ਨੁਮਾ ਘਰ ਬਣਾ ਲਏ, ਗੱਡੀਆਂ ਲੈ ਲਈਆਂ। ਪੰਜਾਬ ਮੰਗਦਾ ਜਵਾਬ, ਬਿਲਕੁਲ ਪੰਜਾਬ ਮੰਗਦਾ ਜਵਾਬ। ਵੀ ਕਿੱਥੇ ਆ ਉਹ ਪੈਸਾ? ਇੱਥੇ ਹੀ ਨਹੀਂ, ਬਿੱਟੂ ਔਲਖ ਉਹਨੇ ਇੱਕ ਆਪਣੇ ED ਦੇ ਅੱਗੇ ਸਟੇਟਮੈਂਟ ਦਿੱਤੀ ਸੀ ਵੀ ਸਭ ਤੋਂ ਵੱਧ ਜੇ ਪੰਜਾਬ ਦੇ ਵਿੱਚ ਉਹ ਮਾਈਨਿੰਗ ਦਾ ਕੰਮ ਕਰ ਰਿਹਾ, ਰੇਤੇ ਦਾ ਕੰਮ ਕਰ ਰਿਹਾ, ਤਾਂ ਉਹ ਵਿਕਰਮ ਮਜੀਠੀਆ ਕਰ ਰਿਹਾ। ਇਹ ਰਿਕਾਰਡਡ ਸਟੇਟਮੈਂਟ ਹੈ ਬਿੱਟੂ ਔਲਖ ਦੀ। ਪੰਜਾਬ ਮੰਗਦਾ ਜਵਾਬ, ਕਿੱਥੇ ਆ ਉਹ ਪੈਸਾ? ਬਿਜਲੀ ਅੱਜ ਬਹੁਤ ਮਹਿੰਗੀ ਹੈ, ਤੁਸੀਂ ਕਹਿੰਦੇ ਹੋ ਬਿਜਲੀ ਮਹਿੰਗੀ ਹੈ, ਪੰਜਾਬ ਮੰਗਦਾ ਜਵਾਬ। ਬਿਲਕੁਲ ਮੰਗਦਾ ਜਵਾਬ, ਜਿਹੜੇ ਐਗਰੀਮੈਂਟ ਕੀਤੇ ਆ ਪ੍ਰਾਈਵੇਟ ਕੰਪਨੀਆਂ ਨਾਲ, ਉਹ ਕਿੱਥੇ ਕਿਹਨੇ ਕੀਤੇ ਆ? ਉਹ ਤੁਸੀਂ ਕੀਤੇ ਆ। ਵੀ ਜੇ ਚਾਹੇ ਬਿਜਲੀ ਪ੍ਰੋਡਿਊਸ ਕਰੇਗਾ ਕਾਰਖਾਨਾ ਜਾਂ ਨਹੀਂ ਕਰੇਗਾ, ਉਹਨੂੰ ਪੈਸੇ ਮਿਲਦੇ ਰਹਿਣਗੇ, ਇਹ ਤੁਹਾਡੇ ਕਰਕੇ ਆ। ਪੰਜਾਬ ਮੰਗਦਾ ਜਵਾਬ। ਕੋਈ ਸੈਕਟਰ ਲੈ ਲਓ ਜਿਹੜਾ ਤੁਸੀਂ ਛੱਡਿਆ ਹੋਵੇ, ਕੇਬਲ 'ਚੋਂ ਪੈਸੇ, ਰੇਤੇ 'ਚੋਂ ਪੈਸੇ, ਇੱਕ ਮਾਫੀਆ
ਬਣ ਕੇ ਤੁਸੀਂ ਸਰਕਾਰ ਨਹੀਂ ਚਲਾਈ ਉਸ ਵੇਲੇ, ਮਾਫੀਆ ਬਣ ਕੇ ਕੰਮ ਕੀਤਾ, ਅਤੇ ਅੱਜ ਫਿਰ ਤੁਸੀਂ ਲੋਕਾਂ ਨੂੰ ਵਰਗਲਾ ਕੇ ਆ ਝੂਠੇ ਡਰਾਮੇ ਕਰਕੇ ਮਹਿਜ਼ ਇੱਕ ਰਾਜਨੀਤਿਕ ਧਰ ਆਪਣਾ ਫਾਇਦਾ ਲੈਣ ਲਈ ਧਰਨੇ ਲਾ ਕੇ ਫਿਰ ਇੱਕ ਕੰਪੇਨ ਚਲਾ ਰਹੇ ਹੋ। ਪੰਜਾਬ ਮੰਗਦਾ ਜਵਾਬ। ਹੁਣ ਲੋਕ ਜਿਹੜੇ ਆ ਉਹ ਸਮਝ ਚੁੱਕੇ ਆ ਤੁਹਾਡੀਆਂ, ਤੁਹਾਨੂੰ ਪਹਿਲਾਂ ਵੀ ਨਕਾਰਿਆ 17 ਦੇ ਵਿੱਚ ਅਤੇ ਹੁਣ 22 ਦੇ ਵਿੱਚ, ਪਿਛਲੀ ਵਾਰ ਤਾਂ ਮੈਨੂੰ ਲੱਗਦਾ 15 ਕੁ ਆ ਗਈਆਂ ਸੀ, ਐਤਕੀ 5-7 ਵੀ ਨਹੀਂ ਆਉਣੀਆਂ। ਸੋ ਪੰਜਾਬ ਜਿਹੜਾ ਜਵਾਬ ਉਹ ਤੁਹਾਡੇ ਤੋਂ ਮੰਗਦਾ, ਅਤੇ ਕਿਰਪਾ ਕਰਕੇ ਕੱਲ੍ਹ ਦੇ ਧਰਨਿਆਂ ਤੋਂ ਪਹਿਲਾਂ ਇਹਨਾਂ ਗੱਲਾਂ ਦਾ ਜਵਾਬ ਦਿਓ, ਜੋ ਪੰਜਾਬ ਨੂੰ ਤੁਸੀਂ ਖੂਨ ਜਿਹੜਾ ਪੰਜਾਬ ਨੂੰ ਉਹਦਾ ਚੂਸ ਲਿਆ, ਇਹਦਾ ਸਾਰਾ ਹੀ ਖੂਨ ਚੂਸ ਲਿਆ, ਪੰਜਾਬ ਦਾ ਰੈਵਨਿਊ ਚੂਸ ਲਿਆ, ਅਤੇ ਪੰਜਾਬ ਨੂੰ ਇੱਕ ਜਿਹੜਾ ਮਾੜਾ ਸੂਬਾ, ਜਿਹੜਾ ਤਰੱਕੀ ਬਖਸ਼ ਸੂਬਾ ਹੁੰਦਾ ਸੀ, ਉਹਨੂੰ ਇੱਕ ਲੰਗੜਾ ਸੂਬਾ ਬਣਾ ਦਿੱਤਾ।